ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕਮ। ਮੈਂ ਆਪਕਾ ਵੀਰ ਦੋਸਤ ਗੁਲਾਮ ਮੁਰਤਜ਼ਾ, ਤੁਸੀਂ ਵੇਖ ਰਹੇ ਮੁਰਤਜ਼ਾ ਟੀਵੀ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਇੱਕ ਬੈਲ ਦਾ ਬਟਨ ਉਹ ਵੀ ਓਕੇ ਕਰੋ, ਹਰ ਵੀਡੀਓ ਮੇਰੇ ਦੋਸਤਾਂ ਵੀਰਾਂ ਲਈ ਜਲਦੀ ਤੋਂ ਜਲਦੀ ਪਹੁੰਚ ਸਕੇ। ਮੈਂ ਦੋਸਤਾਂ ਦਾ ਬੜਾ ਸ਼ੁਕਰੀਆ ਅਦਾ ਕਰਨਾ, ਮੇਰੇ ਨਾਲ ਬੜੀ ਮੁਹੱਬਤ ਰੱਖਦੇ ਨੇ, ਬੜੇ ਪਿਆਰੇ ਪਿਆਰੇ ਕਮੈਂਟ ਕਰਦੇ ਨੇ, ਬੜਾ ਲਾਈਕ ਕਰਦੇ ਨੇ ਅਤੇ ਬੜਾ ਮੁਹੱਬਤ ਨਾਲ ਮੇਰੀ ਵੀਡੀਓ ਦੇਖਦੇ ਨੇ। ਮੈਂ ਦੋਸਤਾਂ ਲਈ ਅੱਜ ਇੱਕ ਡੇਅਰੀ ਦਾ ਕੱਟਾ ਲੈ ਕੇ ਆਇਆ, ਬਹੁਤ ਨਾਮੀ ਨਾਮੀ ਕੱਟਾ। ਇਹਦੀ ਮਾਂ ਤਕਰੀਬਨ ਚੁਆਈ 'ਚੋਂ ਆਉਂਦੇ ਨੇ, ਕੱਪ ਜਿੱਤੇ ਆਈ ਸੀ ਅਤੇ ਪੱਤੋ ਵਾਲੇ ਮੇਲੇ 'ਤੇ ਫਸਟ ਆਈ ਸੀ। ਉਹਦਾ ਅੱਜ ਇੱਕ ਲੈ ਕੇ ਆਇਆ ਪੁੱਤਰ, ਅਤੇ ਮੇਰਾ ਕੈਮਰਾਮੈਨ ਦਿਖਾਉਂਦਾ ਬੂਰੇ ਰੰਗ ਦਾ ਹੈ। ਇਹ ਮਾਲਕ ਤੋਂ ਪੁੱਛਾਂਗੇ ਵੀ ਕਿਹੜੀ ਨਸਲ ਦਾ, ਕੀ ਇਹਦਾ ਹਿਸਾਬ ਕਿਤਾਬ। ਕਿੰਗਰੀ ਵਾਲੇ ਸਿੰਘ ਨੇ ਜੀ, ਦੇਖੋ ਕਿੰਗਰੀ ਵਾਲੇ ਸਿੰਘ, ਅਸਲ ਨੀਲੀ ਦੀ ਬਰੀਡਰ ਕਿੰਗਰੀ ਵਾਲੇ ਤੋਂ ਸ਼ੁਰੂ ਹੁੰਦੀ ਹੈ। ਨੀਲੀ ਦੀ ਨਿਸ਼ਾਨੀ ਅਸਲ ਕਿੰਗਰੀ ਵਾਲੇ ਤੋਂ ਸ਼ੁਰੂ ਹੁੰਦੀ ਹੈ। ਸਿੰਘ ਵੇਖ ਲਓ ਕਿੱਡੇ ਪਿਆਰੇ, ਗੁੜ ਰੰਗਾ ਅੱਜ ਰੰਗ ਹੈ, ਬੂਰਾ ਬਿਲਕੁਲ, ਬਹੁਤ ਸ਼ਰੀਫ ਕੱਟਾ। ਦੂਜਿਆਂ ਮਾਲਕ ਤੋਂ ਪੁੱਛਾਂਗੇ ਇਹਦਾ ਕੀ ਇਹਦਾ ਹਿਸਾਬ ਕਿਤਾਬ। ਕੌੜੀ ਬਿਲਕੁਲ ਕੋਣੀ ਦੀ, ਦੇਖੋ ਕੱਦ ਸ਼ਾਨ, ਦੇਖੋ ਇਹ ਘੱਡੀ ਦਾ ਛੋਟਾ, ਬੜਾ ਨਾਮੀ ਕਨਾਮੀ ਕੱਟਾ। ਆਂਡੇ ਵੇਖ ਲਓ ਜੀ, ਫੁੱਲ ਪਿਛਾਂ ਨੂੰ, ਫੁੱਲ ਪਿਛਾਂ ਨੂੰ ਟੋਰ ਇਹਨੂੰ ਖੋਲ ਗਿਆ। ਉਹਦਾ ਲੈ ਕਿੱਧਰ ਲੈ ਜਾ, ਟੋਰ ਖੁੱਲ੍ਹਾ ਕਰਤੇ ਟੋਰ ਇਹਨੂੰ, ਕਈ ਮੇਰੇ ਦੋਸਤਾਂ ਦੇ ਟੋਰ 'ਤੇ ਵਿਖਾਇਆ ਕਰੋ। ਲੱਤਾਂ ਵੇਖ ਲਓ ਕਿੰਨੀਆਂ ਖਿਲਾਰ ਖਿਲਾਰ 'ਤੇ ਟੁਰਦਾ। ਚੰਗਾ ਲੰਮਾ ਕੱਦ ਸ਼ਾਨ ਵਾਲਾ ਕੱਟਾ, ਕੌੜੀ ਬਿਲਕੁਲ ਨਹੀਂ ਹੈਗੀ, ਮੁੱਛ ਬੱਗੀ ਏ, ਮੱਥਾ ਸਫੈਦ, ਅੱਖਾਂ ਚਿੱਟੀਆਂ। ਚੰਗਾ ਮਾਸ਼ਾਅੱਲਾ ਲੰਮਾ, ਕੈਮਰੇ 'ਚ ਵੀ ਨਹੀਂ ਪੂਰਾ ਆ ਰਿਹਾ, ਚੰਗੀ ਗਰਦਨ ਲੰਮੀ। ਖੁਰ ਮਗਲੇ ਸਫੈਦ ਨੇ,
ਪੱਟ ਮੋਟਾ, ਲੱਤ ਸਿੱਧੀ ਬਿਲਕੁਲ। ਅਸਲਾਮ ਅਲੈਕੁਮ ਜਨਾਬ, ਇੱਧਰ ਆਓ ਸਾਹਮਣੇ ਜਰਾ ਕੋ ਆਓ। ਗੁੱਜਰ ਸਾਹਿਬ ਕੀ ਹਾਲ ਹੈ? ਅੱਲਾ ਦਾ ਸ਼ੁਕਰ, ਤੁਸੀਂ ਸੁਣਾਓ ਜਨਾਬ। ਗੁੱਜਰ ਸਾਹਿਬ, ਕਿਉਂਕਿ ਮੈਂ ਬੜਾ, ਤੁਸੀਂ ਮੈਨੂੰ ਬੜੇ ਦਿਨ ਹੋ ਗਿਆ ਫੋਨ ਕਰਦੇ ਰਹੇ ਜੀ, ਮੈਂ ਮਸਲੂਫ ਸਾਂ ਅਤੇ ਮੈਂ ਅੱਜ ਪਹੁੰਚਿਆ ਅਤੇ ਤੁਹਾਡੀ ਡੇਅਰੀ 'ਤੇ। ਅੱਛਾ, ਇਹ ਦੱਸੋ ਸਭ ਤੋਂ ਪਹਿਲਾਂ ਆਪਣਾ ਤਾਰਫ ਕਰਾਓ। ਮੇਰਾ ਨਾਮ ਜੀ ਮੁਹੰਮਦ ਇਸ਼ਫਾਕ। ਇਹ ਕਿਹੜੀ ਜਗ੍ਹਾ? ਇਹ ਨੱਬਾ ਈ ਬੀ, ਨੱਬਾ ਈ ਬੀ, ਤਹਿਸੀਲ ਆਰਫ ਵਾਲਾ, ਜ਼ਿਲ੍ਹਾ ਪਾਕਪਤਨ। ਆਪਣਾ ਨੰਬਰ ਬੋਲੋ। 0369924472। ਦੁਬਾਰੇ ਫਿਰ ਬੋਲੋ। 0369924472। ਅੱਛਾ, ਇਹ ਝੋਟਾ ਸਭ ਤੋਂ ਪਹਿਲਾਂ ਤਾਂ ਦੱਸੋ ਵੀ ਕੀ ਇਹਦਾ ਰਿਕਾਰਡ ਰਿਕੂਟ, ਇਹਦੀ ਮਾਂ ਦਾ ਕੀ ਰਿਕਾਰਡ, ਇਹਦੇ ਪਿਓ ਦਾ ਕੀ ਰਿਕਾਰਡ? ਇਹਦੀ ਮਾਂ ਬਿਲਕੁਲ ਚੰਗੀ ਸੋਹਣੀ, ਪੱਤੋ ਵਾਲੇ ਮੇਲੇ ਤੋਂ ਖੂਬਸੂਰਤੀ ਦੇ ਵਿੱਚ ਫਸਟ ਇੱਕ ਨੰਬਰ 'ਤੇ ਆਈ ਹੈ। ਹੁਣ ਇਸ ਟਾਈਮ ਇਹਦੀ ਮਾਂ ਕਿੱਥੇ ਹੈਗੀ? ਇਹਦੀ ਮਾਂ ਚੌਰੀ ਲਿਆਕਤ ਕੋ ਫਾਰਮ ਦੇ ਵਿੱਚ। ਕਿੰਨਾ ਦੁੱਧ ਦਿੰਦੀ ਸੀ? ਦੁੱਧ ਤੋਂ ਕੋ 24-25 ਕਿਲੋ ਦੋਵਾਂ ਟਾਈਮਾਂ ਦਾ ਸੀ। ਮੈਨੇ ਕਹਿਣ ਤਸੱਲੀ ਨਾ। ਅਤੇ ਇਸ ਟਾਈਮ ਉਹ ਕਿੰਨਵੇਂ ਕੁ ਸੂਬੇ? ਤੀਸਰੇ ਸੂਬੇ। ਤੀਜੇ ਸੂਬੇ, ਹਾਂਜੀ। ਅਤੇ ਅੱਛਾ, ਪੱਤੋ ਵਾਲੀ ਦੀ ਮਾਂ ਜੁੱਤ ਦੇ ਆ, ਇਹਦੇ ਨਾਲ ਪਿਓ, ਇਹਦਾ ਪਿਓ, ਪਿਓ ਤਾਂ ਇਹਦਾ ਬੜਾ ਨਾਮੀ ਕਨਾਮੀ ਸੀ ਨਾ, ਉਹ ਲਿਆਂਦਾ ਸੀ ਬੋਦਲਿਆਂ ਕੋ ਝੋਟਾ। ਅੱਛਾ, ਬੋਦਲ ਕਿੱਥੇ ਬੈਠੇ? ਨੱਬੂ ਬੋਦਲੇ ਕੇ ਆਪਣਾ ਨੀਲੀ ਦੇ ਦਰਿਆ ਦੇ ਪਾਰ ਟੱਪ ਕੇ ਨਹਿਰ ਦੇ ਉੱਤੇ ਇੱਧਰਲੇ ਪਾਸੇ ਨੱਬੂ ਬੋਦਲੇ ਕੇ ਮਸ਼ਹੂਰ ਸੀ ਉਹਦੇ ਜੇ ਬਰੀਡ ਤਿਆਰ ਉਹਦੇ ਕੋਲ ਉਹਦੇ ਕੋਲ ਮੱਝ ਲਵਾਈ ਸੀ ਇਹਦੀ। ਅੱਛਾ, 10 ਦਿਨ ਝੋਟਾ ਲਿਆਂਦਾ ਸੀ ਅਤੇ ਬੰਦਿਆਂ ਦੀਆਂ ਸਿਫਾਰਿਸ਼ਾਂ ਪਾ ਕੇ ਲਿਆਂਦਾ ਸੀ ਮੰਗ ਕੇ ਉਹਦੇ 'ਚ ਪੈਦਾ। ਹਾਂ, ਉਹਦੇ 'ਚ ਪੈਦਾ। ਇਹਦੇ ਪਿੱਛੇ ਤੁਹਾਡੇ ਕੋਲ ਹੁਣ ਤਿਆਰ ਹੈਗਾ? ਇਹਦੇ ਕੋਲ ਹੈਗਾ ਕੱਟਾ ਛੋਟਾ, ਇਹਦੇ ਛੋਟਾ ਤਿਆਰ ਹੈਗਾ। ਤਾਂ ਇਹਦੇ ਵਿੱਚ ਮੂੰਹ ਤੋਂ ਕਿਵੇਂ? ਚੌਗਾ ਚੌਗਾ, ਹਾਂਜੀ। ਅੱਛਾ, ਇਹ ਕਿਉਂ ਵੇਚ ਕਿਉਂ ਰਿਹਾ ਜੀ, ਇਹ ਦੱਸੋ। ਇਹ ਮਜਬੂਰੀ ਆ, ਕੋਈ ਜ਼ਮੀਨ ਦਾ ਕਿੱਲਾ ਲਿਆ ਵਾ, 2-3 ਮੱਝਾਂ ਵੇਚਣੀਆਂ ਅਤੇ ਇੱਕ ਝੋਟਾ ਵੇਚਣਾ। ਅੱਛਾ, ਜ਼ਮੀਨ ਦਾ ਕਿੱਲਾ ਲਿਆ, ਕਿੱਲੇ ਨਾਲ ਹੀ ਇੰਨਾ ਸਭ ਕੁਛ ਵੇਚਣਾ? ਕਿੱਲਾ 19 ਲੱਖ ਦਾ ਕਿੱਲਾ ਲੱਭਾ। 19 ਲੱਖ ਦਾ, ਹਾਂਜੀ। ਅੱਛਾ, ਇਹਦਾ ਹੁਣ ਪਿਆਰ ਮੁਹੱਬਤ ਵਾਲਾ ਕੀਮਤ ਕੀ ਹੈ? ਇਹਦੀ ਕੀਮਤ ਸ਼ੌਕ ਦਾ ਮੁਰਤਜ਼ਾ ਮੁੱਲ ਕੋਈ ਨਹੀਂ ਹੁੰਦਾ, ਇਹ ਆ ਅਸਲ ਸ਼ੌਕ ਰੱਖਣ ਵਾਲਾ ਕੱਟਾ। ਇਹਦੀ ਕੋਈ ਕੱਟੀਆਂ ਵੀ ਵੇਚੀਆਂ ਜੀ ਅੱਗੇ? ਕੋਈ ਨਹੀਂ, ਨਹੀਂ ਕੱਟੀਆਂ ਇਹਦੀਆਂ 2 ਸੀਗੀਆਂ, 1.5 ਲੱਖ ਦੀਆਂ 2 ਵੇਚੀਆਂ ਜੰਮਦੀਆਂ। ਇਹਨਾਂ ਤੋਂ ਸੀਮਨ ਲਿਆ ਹੋਇਆ? ਇਹਦਾ ਕੱਟਾ ਹੈਗਾ ਵਿੱਚ। ਹੈਂ? ਹੈਗਾ। ਇਹ ਮੱਝਾਂ ਵੀ ਕਰਾਸ ਨਹੀਂ ਦੀਆਂ? ਮੱਝਾਂ ਹਾਂ ਲੱਗੀਆਂ ਝੋਟੀਆਂ। ਅੱਛਾ, ਦੂਸਰੀ ਗੱਲ, ਇੱਕ ਮੱਝ ਇੱਕ ਵਾਰੀ ਲੱਗ ਜਾਵੇ ਨਾ ਠਹਿਰ ਜਾਂਦੀ, ਬਦਲਦੀ ਨਹੀਂ ਦੁਬਾਰਾ। ਅੱਛਾ, ਇੱਕ ਵਾਰੀ ਲੱਗ ਜਾ, ਹਾਂ ਠਹਿਰ ਜਾਂਦੀ। ਅੱਛਾ, ਇਹ ਦੱਸੋ ਤਕਰੀਬਨ ਇਹਦੀ ਪ੍ਰਾਈਜ਼ ਕੀ ਹੈ? ਪ੍ਰਾਈਜ਼ ਇਹਦਾ ਮੁੱਲ ਇਹਦਾ 4 ਲੱਖ ਰੁਪਈਆ ਮੰਗਦੇ। ਅੱਛਾ, ਦੇਣਾ ਕਿੰਨੇ ਦਾ? ਚਲੋ ਕੁਝ ਆਊਗਾ ਤੇ ਉਹਦੇ ਨਾਲ ਕਰ ਲਾਂਗੇ ਪਿਆਰ ਮੁਹੱਬਤ ਦੇ। ਠੀਕ ਹੈ, ਜਿਸ ਭਾਈ ਦੋਸਤ ਨੂੰ, ਵੀਰ ਨੂੰ, ਮੇਰੇ ਨੂੰ ਕੱਟਾ ਪਸੰਦ ਹੋਵੇ, ਨਾਮੀ ਕਨਾਮੀ ਕੱਟਾ, ਮੱਝਾਂ ਵੀ ਦਿਖਾਉਣੇ, ਨਾਮੀ ਕਨਾਮੀ ਕੱਟਾ, ਅਗਰ ਤੁਸੀਂ ਰਾਬਤਾ ਇਹਨਾਂ ਨਾਲ ਕਰਨਾ ਚਾਹੋ, ਗੁੱਜਰ ਸਾਹਿਬ ਨਾਲ, ਤੁਸੀਂ ਗੁੱਜਰ ਸਾਹਿਬ ਨਾਲ ਰਾਬਤਾ ਕਰੋ, ਇੱਥੇ ਆਓ, ਤੁਹਾਡੀ ਖਿਦਮਤ ਵੀ ਹੋਏਗੀ, ਤੁਹਾਨੂੰ ਰਿਹਾਇਸ਼ ਵੀ ਮਿਲੇਗੀ, ਡੇਰੇ 'ਤੇ ਆਓ, ਤੁਹਾਨੂੰ ਸਭ ਕੁਛ ਮਿਲੇਗਾ, ਸਾਰੇ ਹਰ ਮਕਸਦ ਤੁਹਾਨੂੰ ਤਾਮਨ ਮਿਲੇਗਾ, ਅਤੇ ਇਨਸ਼ਾਅੱਲਾ ਹਰ ਤਰ੍ਹਾਂ ਦੀ ਤੁਹਾਨੂੰ ਜੋ ਵੀ ਹਰ ਤਰ੍ਹਾਂ ਦੀ ਹੈਲਪ ਚਾਹੀਦੀ ਇਨਸ਼ਾਅੱਲਾ ਮੈਂ ਦਿਆਂਗਾ। ਅਤੇ ਮੇਰਾ ਰਾਬਤਾ ਨੰਬਰ ਹੈ 0300-3674-864, ਵਟਸਐਪ ਨੰਬਰ ਹੈ ਮੇਰਾ 0300-4469-80-676, ਈਮੋ ਵੀ ਮੇਰੇ ਇਹਦੇ 'ਤੇ ਬਣੀ ਹੋਈ, ਵਟਸਐਪ ਨੰਬਰ ਵੀ ਮੇਰਾ ਹੈ। ਅੱਛਾ, ਝੋਟੀਆਂ ਆਉਂਦੇ ਜੇ ਮਾਲ ਲਓ? ਤਿੰਨ ਮੱਝਾਂ ਵੀ ਵੇਚਣੇ? 2 ਝੋਟੀਆਂ, ਦੂਜਾ ਇੱਧਰ ਆਓ। ਅੱਛਾ, ਝੋਟਾ ਕਿਹੜੀ ਨਸਲ ਦਾ, ਕਿਹੜੀ ਦਾ? ਅਸਲ ਇਹ ਅਸਲ ਨੀਲੀ ਦੀ ਨਸਲ ਆ, ਬੋਦਲਿਆਂ ਕੋ ਝੋਟਾ ਲਿਆਂਦਾ ਸੀ ਤੇ ਉਹਦੇ ਚੋ ਉਹਦਾ ਪੁੱਤ। ਅਸਲ ਨੀਲੀ ਦੀ ਨਸਲ ਹੈ ਜੀ, ਨੀਲੀ ਦੀ ਨਸਲ। ਉਹ ਵੀ ਦਿਖਾ, ਉਹਦਾ ਮੂੰਹ ਵੀ ਦਿਖਾ, ਬੜਾ ਸੋਹਣਾ ਝੋਟਾ, ਕੁੰਡੀਆਂ ਵਾਲੇ ਸਿੰਘ ਨੇ ਜੀ। ਝੋਟੀਆਂ ਵਾਲੀ ਪਹਿਲਾਂ ਨਾ, ਦੂਸਰੀਆਂ 2 ਦੂਜੀਆਂ ਮਹੀਨਾ ਡੂੜ ਕੱਢਦੀ ਸੂਣ ਚ। ਮਹੀਨਾ ਕੱਢਦੀ ਸੂਣ ਚ ਮਹੀਨਾ ਕੱਢਦੀ ਸੂਣ ਚ
ਇਹ ਜੀ ਮਜਬੂਰੀ ਦੀ ਵਜ੍ਹਾ ਤੋਂ ਵੇਚ ਰਿਹਾ ਜੀ, ਮਹੀਨਾ ਹੈ ਕੱਢ ਦੀ ਇਹ ਛੋਟੀ। ਜਿਸ ਮੇਰੇ ਦੋਸਤ ਵੀਰ ਨੂੰ ਪਸੰਦ ਆਵੇ ਇੱਥੇ ਆਵੇ, ਇਨਸ਼ਾਲਾ ਜੋ ਵੀ ਹੈਲਪ ਚਾਹੀਦੀ ਇਨਸ਼ਾਲਾ ਸਾਰੀ ਹੈਲਪ ਦਿਆਂਗੇ ਇਨਸ਼ਾਲਾ। ਮੁੱਠ ਮੁੱਠ ਦਾ ਥਾਣਾ ਜੀ, ਅਤੇ ਅਜੇ ਮਹੀਨਾ ਕੱਢ ਦੀ, ਚੰਗਾ ਲੇਵਾ ਬਣਾਈ ਆਉਂਦੀ ਜੀ। ਚੱਲ ਦੂਜੀ ਖੋਲ, ਝੋਟੀ ਨੰਬਰ ਇੱਕ ਸੀ, ਝੋਟੀ ਨੰਬਰ ਦੂਸਰੀ ਦਿਖਾਉਣੀ। ਕਾਲੀ ਸ਼ਾਹ ਝੋਟੀ ਜੀ, ਕਾਲੀ ਸ਼ਾਹ ਧੁੰਨੀ ਬਿਲਕੁਲ ਨਹੀਂ ਹੈਗੀ ਜੀ। ਇਹ ਕਿਨਮਾ ਉਹ ਪਹਿਲੇ ਕਿਹੜੀ ਦਿਖਾਈ, ਉਹ ਕਿਨਮਾ ਸੁਬਾਹ ਸੋਨਾ ਪਹਿਲਾਂ ਨੇ, ਇਹ ਦੂਜਾ ਸੁਬਾਹ ਸੋਨੀ ਹੈ, ਪਹਿਲਾਂ ਦੋਂਦੀ ਸੀ ਜੋ ਸੂਪੀ। ਇਹ ਕਿੰਨੇ ਦਿਨ ਲੈਂਦੀ ਜੀ, ਮਹੀਨਾ ਹੀ ਇਹ ਕੱਢਦੀ? ਥਣਾਂ ਦੀ ਗਰੰਟੀ ਹੋਏਗੀ ਜੀ ਇਨਸ਼ਾਲਾ, ਹਰ ਤਰ੍ਹਾਂ ਦੀ ਗਰੰਟੀ ਹੋਏਗੀ। ਚੱਲ ਆਹ ਆਹ ਵਿਖਾ, ਛੱਡ ਇਹ ਕਿੰਨੇ ਕੁ ਦਿਨ ਕੱਢਦੀ, ਇਹ ਮਹੀਨਾ ਇਹ ਵੀ ਦੂਜਾ ਨੇ, ਇਹ ਵੀ ਮਹੀਨਾ ਕੱਢਦੀ ਜੀ। ਆਹ ਕੱਟੀ ਵੀ ਵੇਚਣਾ ਚਾਹੋਗੇ? ਕੱਟੀ ਹੈ, ਕੋਈ ਦੋਸਤ ਸ਼ੌਂਕ ਨਾਲ ਲੈਣਾ ਚਾਹੇ ਤਾਂ ਦੇ ਦਿਓਗੇ? ਕੋਈ ਦੋਸਤ ਮੇਰਾ ਪਿਆਰ ਰੱਖਣ ਵਾਲਾ ਇਨਸ਼ਾਲਾ ਆਉਂਦੇ ਨੇ ਕੋਈ ਹੋਵੇ ਤਾਂ ਮੈਂ ਅਸੀਂ ਕੱਟੀ ਦੇ ਦਿਆਂਗੇ। ਬੜੀ ਨਾਮੀ ਇਕਨਾਮੀ ਕੱਟੀਆਂ ਨੇ, ਕੱਟੀਆਂ ਲੈ ਕੇ ਸਾਂਭੀਆਂ ਹੈ, ਉਹ ਬੜੀਆਂ ਬੜੀਆਂ ਚੰਗੀਆਂ ਮੱਝਾਂ ਨੇ ਆਪ ਸਾਂਭੀਆਂ। ਅੱਛਾ, ਆਪਣੀ ਬਰੀਡ ਤਿਆਰ ਆਪਦੀ ਆਪਦੀ ਆਪ? ਠੀਕ, ਦੂਜਾ ਮਾਲ ਕਿੱਥੇ ਤੇਰਾ? ਆਹ ਮੱਝ ਇੱਕ ਵੇਖ, ਬਾਕੀ ਝੋਟੀਆਂ ਉੱਧਰ ਵਾੜੇ 'ਚ, ਆਹ ਦੇਖ ਮੱਝ ਕੈਸੀ। ਇਹ ਕਿੰਨੇ ਦਿਨ ਕੱਢਦੀ? ਇਹਨੂੰ ਛੇਵਾਂ ਸੱਤਵਾਂ ਮਹੀਨਾ, ਜਿਵੇਂ ਸੱਤਵਾਂ ਮਹੀਨਾ। ਗੁੱਜਰ ਸਾਹਿਬ ਨੇ ਪਹਿਲੀ ਲਈ ਹੈ, ਇਸ ਵਜ੍ਹਾ ਤੋਂ ਜੀ ਆਂਦਾ ਵੇਚਣਾ ਚਾਹੁੰਦਾ ਮੈਂ, ਅਤੇ ਮੇਰੇ ਦੋਸਤਾਂ ਨੂੰ ਹਰ ਸ਼ਾਹ ਦੀ ਗਰੰਟੀ ਮਿਲੇਗੀ ਇੱਥੇ ਹਰ ਚੀਜ਼ ਦੀ। ਦੂਜਾ ਮਾਲ ਕਿੱਥੇ ਪੁੱਟੋ ਸਾਹਿਬ? ਅੱਛਾ ਗੁੱਜਰ ਸਾਹਿਬ, ਇਹ ਝੋਟੀਆਂ ਦਾ ਦੱਸੋ? ਇਹ ਝੋਟੀਆਂ ਇਸੇ ਝੋਟੇ ਕੋਲ ਨਵੀਆਂ ਹੋਈਆਂ ਵਾ, ਇਹ ਬੂਰੇ ਕੋਲੋਂ ਸਾਰੀ? ਬੂਰੇ ਕੋ, ਬੂਰੇ ਕੋ ਜਿਹੜੀ ਝੋਟੀ ਤੁਹਾਨੂੰ ਦੇਖਿਆ ਵਾ ਲੱਗ ਗਈ, ਮੁੜ ਕੇ ਨਹੀਂ ਬੋਲੀ। ਅੱਛਾ, ਮੇਰਾ ਦੋਸਤ ਕੋਈ ਲੈਣਾ ਚਾਹੇ ਝੋਟੀਆਂ ਤਾਂ ਮੈਂ ਪਿਆਰ ਮੁਹੱਬਤ ਨਾਲ ਦਿਓਗੇ? ਯਾਰ ਜਿਹੜੀਆਂ ਮੱਝਾਂ ਵੇਚਣੀਆਂ ਉਹੀ ਝੋਟੀਆਂ ਨਾ ਦਵਾ ਬਸ। ਕੋਈ ਯਾਰ ਸ਼ੌਂਕ ਨਾਲ, ਮੇਰਾ ਦੋਸਤ ਮੰਗਦੇ ਨੇ ਕੋਈ ਸ਼ੌਂਕ ਨਾਲ ਯਾਰ? ਨਹੀਂ ਮੈਂ ਸ਼ੌਂਕ ਗਿਫਟ ਦੇ, ਗਿਫਟ ਦਾ ਦਿਓ? ਨਹੀਂ ਯਾਰ, ਇੰਨੀ ਤਾਂ ਮੁਹੱਬਤ ਮੇਰੇ ਨਾਲ ਕਰ। ਨਹੀਂ ਨਹੀਂ, ਕੋਈ ਗਿਫਟ ਇੱਕ ਅੱਧਾ ਦੇ ਰਿਹਾ ਜਾਂ ਕੋਈ ਦੋਸਤ ਸ਼ੌਂਕ ਨਾਲ ਆਵੇ ਤੁਹਾਡੇ ਕੋਲ? ਯਾਰ ਫਿਰ ਮਜਬੂਰੀ ਆ ਤਾਂ ਨਾ ਤਾਂ ਕਰੀ, ਕਿਉਂਕਿ ਮੇਰਾ ਦੋਸਤ ਕੋਈ ਸ਼ੌਂਕ ਨਾਲ ਮੇਰੇ ਕੋਲ ਆਇਆ ਤੇ ਮੈਂ ਉਹਨੂੰ ਦਵਾ ਦੇਣੀ ਕੋਈ ਕਿਨ ਪਸੰਦ ਆ। ਉਹ ਤੇਰਾ ਕੋ ਬਹੁਤਾ ਬੇਲੀ ਸੱਜਣੋ ਤੇ ਬਿਹਤਰ ਆ ਭਰਾ ਵਾ ਤੂੰ, ਪਰ ਨਹੀਂ ਇਹ ਝੋਟੀਆਂ ਆਪਾਂ ਰੱਖੀਆਂ ਸ਼ੌਂਕ ਨਾਲ, ਉਹ ਤਿੰਨ ਮੱਝਾਂ ਵੇਚਣੀਆਂ ਤੇ ਬੂਰਾ ਝੋਟਾ ਵੇਚ। ਉਹ ਮੱਝਾਂ ਪਹਿਲੇ ਨੰਬਰ ਵਾਲੀ ਕਿੰਨੇ ਦੀ? ਉਹ ਪਹਿਲੇ ਜਦੋਂ ਕਹੂਗਾ ਮੁੱਲ ਉਹਦੇ ਨਾਲ ਕਰ ਲਾਂਗੇ, ਉਹਨੂੰ ਮੁੱਲ ਕੀ ਉਹਦਾ ਮੰਗਾਂਗੇ। ਚਲੋ ਠੀਕ ਹੈ ਜੀ, ਹਾਂ ਬਾਕੀ ਉਹਨਾਂ ਦੀ ਥਣਾਂ ਦੀ ਇਨਸ਼ਾਅੱਲਾ ਤਾਲਾ ਦੂਜਣਾ ਦੀ ਗਰੰਟੀ ਹੋਊਗੀ। ਇੱਥੇ ਬੰਦ ਕਰਨ, ਪਹਿਲਾਂ ਤਾਂ ਫਿਰ ਜੋ ਕੁਛ ਸਾਹਮਣੇ ਹੀ ਆ। ਠੀਕ ਹੈ, ਮੇਰੇ ਦੋਸਤ ਵੀਰ ਨੂੰ ਜਿਸ ਨੂੰ ਪਸੰਦ ਆਵੇ ਕੋਈ ਵੀ ਇਹਨਾਂ ਜੋ ਜਾਨਵਰ, ਮੈਂ ਇਨਸ਼ਾਅੱਲਾ ਪਿਆਰ ਮੁਹੱਬਤ ਨਾਲ ਲੈ ਦਿਆਂਗਾ, ਕਿਉਂਕਿ ਗੁੱਜਰ ਸਾਹਿਬ ਨੇ ਜ਼ਮੀਨ ਲਈ ਹੈ ਅਤੇ ਇਨਸ਼ਾਅੱਲਾ ਤਾਲਾ ਪਿਆਰ ਮੁਹੱਬਤ ਕਰਾ ਦਿਆਂਗੇ। ਇੱਥੇ ਆਓ, ਖੁਦ ਆਰਸ਼ਾ ਤੁਹਾਨੂੰ ਗਰੰਟੀਆਂ ਨਾਲ ਮਿਲੇਗੀ ਇਨਸ਼ਾਅੱਲਾ, ਮੇਰਾ ਦਾਅਵਾ ਹੈ। ਜੋ ਵੀ ਆਪ ਗਰੰਟੀ ਨਾਲ ਲੈਣਾ ਚਾਹੋ ਤਾਂ ਇਨਸ਼ਾਅੱਲਾ ਲੈ ਕੇ ਦਿਆਂਗੇ। ਇਜਾਜ਼ਤ ਦਿਓ, ਮਿਲਣੇ ਅਗਲੀ ਵੀਡੀਓ 'ਤੇ। ਪਾਕਿਸਤਾਨ ਜ਼ਿੰਦਾਬਾਦ, ਅੱਲਾ ਹਾਫਿਜ਼।